इस बुलेटिन में मैं हाँ तरनजीत कौर राष्ट्रपति रामनाथ कोविंद वालों सोन पदर से सेवाकुंज आश्रम की नवी बनी इमारत का उत्काटन। राष्ट्रपति ने कहा कि देश का विकास कबायली और दलित भाईचारे के विकास तो बिना संपूर्ण नहीं हो सकता ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਾਰਚ ਨੂੰ ਆਕਾਸ਼ਮਣੀ ਦੇ ਬਹੁਤ ਚਰਚਿਤ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਆਪਣੀ ਮੰਦੀ ਗੱਲ ਸਾਂਝੀ ਕਰਨਗੇ। 'ਮਨ ਕੀ ਬਾਤ' ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਪ੍ਰੇਰਕ ਵਿਚਾਰ ਤੇ ਸੁਝਾਅ ਪੇਜੰਦੀ ਅਪੀਲ। ਲੋਕ ਆਪਣੇ ਵਿਚਾਰ ਨਮੋ ਐਪ ਜਾਂ ਮਾਈ ਗਵਰਨਮੈਂਟ ਦੇ ਪੋਸਟ ਜਾਂ ਫਿਰ ਆਪਣਾ ਸੰਦੇਸ਼ ਰਿਕਾਰਡ ਕਰਕੇ ਸਾਂਝਾ ਕਰ ਸਕਦੇ ਹਨ। ਵਿਦਿਆਰਥੀਆਂ ਵਿੱਚ ਇਮਤਿਹਾਨਾਂ ਦੇ ਮਾਨਸਿਕ ਤਣਾਅ ਨੂੰ ਘਟ ਕਰਨ ਸੰਬੰਧੀ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਪ੍ਰਿਕਸ਼ਾ 'ਤੇ ਚਰਚਾ ਲਈ ਰਜਿਸਟ੍ਰੇਸ਼ਨ ਕਾਊਂਟ ਦਾ ਅੱਜ ਆਖਰੀ ਦਿਨ ਭਾਰਤ ਵਿਸ਼ਵ ਵਿੱਚ ਘੱਟ ਸਮੇਂ ਵਿੱਚ ਹੀ ਤੇਜ਼ੀ ਨਾਲ ਕੋਵਿਡ ਟੀਕਾਕਰਨ ਕਰਨ ਵਾਲੇ ਦੇਸ਼ਾਂ ਵਿੱਚ شمار ਦੇਸ਼ ਵਿੱਚ ਕੋਵਿਡ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਦਾ ਅੰਕੜਾ 3 ਕਰੋੜ ਦੇ ਨੇੜੇ ਪੁੱਜਾ ਜਲੰਧਰ ਜ਼ਿਲ੍ਹੇ ਦੇ ਸ਼ਾਕੁਰ ਦੇ ਡੀਐਸਪੀ ਵਿਰਿੰਦਰਪਾਲ ਸਿੰਘ ਦੀ ਅਜ ਕરોના ਕਾਰਨ ਮੌਤ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਾਂਸ਼ੀਮ ਥੋੜੀ ਨੇ ਲੋਕਾਂ ਨੂੰ ਕੋਵਿਡ ਟੀਕਾ ਲਗਵਾਉਣ ਦੀ اپیل ਕੀਤੀ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 94 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕਾ ਕਰਨ ਲਈ ਬਕਾਇਦਾ ਪ੍ਰਬੰਧ ਤੇ ਭਾਰਤ ਤੇ ਇੰਗਲੈਂਡ ਵਿਚਾਲੇ ਪੰਜ T20 ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਅਹਮਦਾਬਾਦ ਵਿੱਚ ਸ਼ੁਰੂ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦਾ ਵਿਕਾਸ ਕਬਾਈਲੀਅਤ ਤੇ ਦਲਿਤ ਭਾਈਚਾਰੇ ਦੇ ਵਿਕਾਸ ਤੋਂ ਬਿਨਾ ਸੰਪੂਰਨ ਨਹੀਂ ਹੋ ਸਕਦਾ। ਉਾਜ ਉੱਤਰ ਪ੍ਰਦੇਸ਼ ਦੇ ਸੋਨਪਦਰ ਜ਼ਿਲ੍ਹੇ ਵਿੱਚ ਬਨਵਾਸੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੀ ਸਨ ਰਾਸ਼ਟਰਪਤੀ ਨੇ ਦੇਸ਼ ਦੇ ਸਮੁੱਚੇ ਵਿਕਾਸ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਂ ਕਿ ਜਿਵੇਂ ਭਗਵਾਨ ਰਾਮ ਨੇ ਕਬਾਇਲੀਆਂ ਦੀ ਮਦਦ ਨਾਲ ਜਿੱਤ ਹਾਸਲ ਕੀਤੀ ਹੁਣ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਕਬਾਇਲੀ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਉੱਤਰ ਪ੍ਰਦੇਸ਼ ਦੇ ਤੌਰੀ ਦੇ ਦੂਜੇ ਦਿਨ ਅਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਨਪਦਰ ਜ਼ਿਲ੍ਹੇ ਦੇ ਬਾਬਨੀ ਪਲਾਕ ਦੇ ਚਪਕੀ ਖੇਤਰ ਦਾ ਦੌਰਾ ਕੀਤਾ ਜਿੱਥੇ ਉਹਨਾਂ ਬਨਵਾਸੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੇਵਾ ਕੁੰਜ ਆਸ਼ਰਮ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਾ ਸੇਵਾ ਆਸ਼ਰਮ ਨੇ ਕਬਾਇਲੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਅਜਿਹਾ ਯੋਗਦਾਨ ਪਾਇਆ ਹੈ ਕਿ ਲੋਕ ਸੋਨਪਦਰ ਨਾਮ ਨੂੰ ਉਨ੍ਹਾਂ ਦੇ ਕੰਮ ਨਾਲ ਜਾਣਣਗੇ ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਇਲਾਕਿਆਂ ਵਿੱਚ ਸਿੱਖਿਆ ਸੰਸਥਾਵਾਂ ਮੰਦਰਾ ਮੰਗ ਨੇ ਉਨ੍ਹਾਂ ਕਬਾਇਲੀ ਸੱਭਿਆਚਾਰ ਦੀ ਵਿਸ਼ਾਲਤਾ ਤੇ ਵਿਲੱਖਣਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਬਾਇਲੀਆਂ ਦੀ ਅਮੀਰ ਸੱਭਿਆਚਾਰ ਅਤੇ ਕਲਾ ਨੂੰ ਵਿਕਸਿਤ ਕੀਤਾ ਜਾਣ ਦੀ ਲੋੜ ਹੈ

राज्य सरकारें वनवासी समुदाय के समग्र विकास के लिए विभिन्न योजनाओं पर काम कर रही हैं मुझे ये देखकर प्रसन्नता होती है कि वनवासी क्षेत्रों से सफलता की अनेक कहानियां हमारे सामने आ रही हैं देश भर के हमारे आदिवासी बेटे बेटियां खेल कूद कला और टेक्नोलॉजी सहित अनेक क्षेत्रों में अपने परिश्रम और प्रतिभा के बल पर देश का गौरव बढ़ा रहे हैं ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਾਰਚ ਨੂੰ ਆਕਾਸ਼ਵਾਣੀ ਦੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਆਪਣੇ ਮਨ ਦੀ ਗੱਲ ਸਾਂਝੀ ਕਰਨਗੇ ਇਸ ਸਾਲ ਦੇ ਮਨ ਕੀ ਬਾਤ ਦਾ ਇਹ ਤੀਸਰਾ ਪ੍ਰੋਗਰਾਮ ਹੋਵੇਗਾ ਇਸ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਪ੍ਰੇਰਕ ਵਿਚਾਰ ਅਤੇ ਸੁਝਾਅ ਦੇਣ ਦੀ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੇ ਅੱਜ ਆਪਣੇ ਟਵੀਟ ਵਿੱਚ ਕਿਹਾ ਕਿ 28 ਮਾਰਚ ਨੂੰ ਇਸ ਸਾਲ ਵਿੱਚ ਤੀਜਾ ਮਨ ਕੀ ਬਾਤ ਪ੍ਰੋਗਰਾਮ ਹੋਵੇਗਾ ਅਤੇ ਸਾਨੂੰ ਦਿਲਚਸਪ ਵਿਸ਼ਿਆਂ ਤੇ ਪ੍ਰੇਰਣਾਦਾਇਕ ਉਦਾਹਰਨਾਂ ਨੂੰ ਸਮਝਣ ਅਤੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਵਿਚਾਰ ਨਮੂ ਐਪ ਜਾਂ ਮਾਈਕ੍ਰੋਫਟ ਤੇ ਪੋਸਟ ਕਰੋ ਜਾਂ ਫਿਰ ਆਪਣਾ ਸੰਦੇਸ਼ ਰਿਕਾਰਡ ਕਰਕੇ ਸਾਂਝਾ ਕਰ ਸਕਦੇ ਹੋ ਵਿਦਿਆਰਥੀਆਂ ਵਿੱਚ ਇਮਤਿਹਾਨਾਂ ਸਬੰਧੀ ਤਣਾਅ ਨੂੰ ਘਟ ਕਰਨ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਪ੍ਰਿਕਸ਼ਾ 'ਤੇ ਚਰਚਾ ਲਈ ਰਜਿਸਟ੍ਰੇਸ਼ਨ ਕਾਊਂਟ ਦਾ ਅੱਜ ਆਖਰੀ ਦਿਨ ਹੈ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦਾ ਚੌਥਾ ਐਡੀਸ਼ਨ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਕੀਤਾ ਜਾਵਿਕਾ ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਗਜ਼ਾਮ ਵਾਰੀਅਸ ਮੂਹਮ ਦਾ ਹਿੱਸਾ ਹੈ ਜਿਸ ਤਹਤ ਉਹਨਾਂ ਵੱਲੋਂ ਨੌਜਵਾਨਾਂ ਲਈ ਤਣਾਅ ਮੁਕਤ ਇਮਤਿਹਾਨੀ ਮਾਹੌਲ ਸਿਰਜਣ ਲਈ ਵਿਚਾਰ ਤੇ ਜਾਂਦੇ ਨੇ ਇਸ ਪ੍ਰੋਗਰਾਮ ਲਈ ਵਿਦਿਆਰਥੀ mygo ਵੈੱਬਸਾਈਟ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ ਇਸ ਵਾਰ ਦੀ ਪ੍ਰਿਕਸ਼ਾ 'ਤੇ ਚਰਚਾ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਤੇ ਮਾਪਿਆਂ ਨਾਲ ਵੀ ਸੰਵਾਦ ਕਰਨਗੇ ਇਸ ਪ੍ਰੋਗਰਾਮ ਤਹਿਤ ਪ੍ਰਤੀਯੋਗਤਾ ਦਾ ਆਯੋਜਨ ਮਾਈਗੋਵ ਇਨੋਵੇਟ ਪਲੇਟਫਾਰਮ ਤੇ ਕੀਤਾ ਜਾਵੇਗਾ ਇਸ ਪ੍ਰਤੀਯੋਗਤਾ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਨੇ ਪ੍ਰਤੀਯੋਗਤਾ ਦੇ ਹਰੇਕ ਜੇਤੂ ਨੂੰ ਇੱਕ ਪ੍ਰਸ਼ੰਸਾ ਪੱਤਰ ਪਰਦਾਨ ਕੀਤਾ ਜਾਵੇਗਾ ਇਹਨਾਂ ਵਿਦਿਆਰਥੀਆਂ ਵਿੱਚੋਂ ਕੁਝ ਜੇਤੂਆਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਅਤੇ ਪ੍ਰਖਿਆਸਬੰਧੀ ਉਹਨਾਂ ਨੂੰ ਸਵਾਲ ਪੁੱਛਣ ਦਾ ਮੌਕਾ ਮਿਲੇਗਾ ਇਸ ਪ੍ਰੋਗਰਾਮ ਦੇ ਵਿਸ਼ੇਸ਼ ਜੇਤੂਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਹਸਤਾਖਰ ਕੀਤੇ ਯਾਦਗਾਰ ਚਿੰਨ੍ਹ ਪ੍ਰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਅਤੇ ਇਮਤਿਹਾਨਾ ਪ੍ਰਤੀ ਵਿਦਿਆਰਥੀਆਂ ਅੰਦਰ ਡਰ ਨੂੰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਸਾਲ ਵਿਸ਼ੇਸ਼ ਪ੍ਰੋਗਰਾਮ ਪ੍ਰਿਕਸ਼ਾ 'ਤੇ ਚਰਚਾ ਕੀਤਾ ਜਾਂਦਾ ਹੈ। ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਿੱਸਾ ਲੈਂਦੇ ਨੇ ਬੀਤੇ ਸਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲੂਕਾ ਦੇ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਦੀਆਂ 5 ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਇਥੋ ਦੀਆਂ ਵਿਦਿਆਰਥਣਾਂ ਅਰਦੀਪ ਕੌਰ ਰਵਨੀਤ ਕੌਰ ਮਨਵੀਰ ਕੌਰ ਵਿਪਿੰਦਪ ਕੌਰ ਅਤੇ ਇਸ सुमंतप्रीत कौर ਨੇ ਕਿਹਾ ਕਿ ਦਿੱਲੀ ਵਿੱਚ ਹੋਏ ਪ੍ਰੀਖਿਆ 'ਤੇ ਚਰਚਾ ਸਮਾਗਮ ਵਿੱਚ ਸ਼ਿਰਕਤ ਕਰਨ ਸਮੇਂ ਬਿਤਾਇਆ ਉਸ ਸਮਾਂ ਉਹਨਾਂ ਨੂੰ ਅੱਜ ਵੀ ਯਾਦ ਆਉਂਦਾ ਹੈ ਅਰਦੀਪ कौर ਕਹਿੰਦੀ ਹੈ ਕਿ ਉਸ ਵਲੋਂ ਪ੍ਰੀਖਿਆ ਵਿੱਚ ਡਰ ਬਾਰੇ ਪੁੱਛੇ ਸਵਾਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਵਧੀਆ ਜਵਾਬ ਦਿੱਤਾ ਅਤੇ ਆਪਣੇ ਅੰਦਰ ਆਤਮ ਵਿਸ਼ਵਾਸ ਰੱਖਣ ਦੀ ਗੱਲ ਕਹੀ ਉਸ ਦਿਨ ਤੋਂ ਬਾਅਦ ਅਰਦੀਪ ਨੂੰ ਆਪਣੀ ਜ਼ਿੰਦਗੀ ਵਿੱਚ ਬਦਲਾਅ ਮਹਿਸੂਸ ਹੋਇਆ ਅਸੀਂ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਵਿੱਚ ਗਏ ਉੱਥੇ ਸਾਨੂੰ ਕੁਐਸਚਨ ਪੁੱਟ ਕਰਨ ਦਾ ਮੱਕਾ ਮਿਲਿਆ ਤਾਂ ਮੈਂ ਪੀਐਮਜੀ ਨਾਲ ਗੱਲਬਾਤ ਕੀਤੀ ਤਾਂ ਮੇਰਾ ਇਸ ਵਿੱਚ ਕੁਐਸਚਨ ਇਹ ਸੀਗਾ ਕਿ ਮੈਂ ਬੋਰਡ ਦੇ ਇਗਜ਼ਾਮ ਦੇ ਵਿੱਚ ਤਾਂ ਚੰਗੇ ਅੰਕ ਪ੍ਰਾਪਤ ਕਰ ਸਕਦੀ ਆ ਲੇਕਿਨ ਜਦੋਂ ਬਾਤ ਕੰਪੀਟੀਟਿਵ ਇਗਜ਼ਾਮ ਦੀ ਆਉਂਦੀ ਆ ਤਾਂ ਉਦੋਂ ਸਾਨੂੰ ਟੈਨਸ਼ਨ ਕਿਉਂ ਆ ਜਾਂਦੀ ਆ ਅਸੀਂ ਡਰ ਸਾਨੂੰ ਡਰ ਕਿਉਂ ਲੱਗਣ ਲੱਗ ਜਾਂਦਾ ਤਾਂ ਪੀਐਮਜੀ ਨੇ ਬਹੁਤ ਹੀ ਵਧੀਆ ਮੈਨੂੰ ਆਨਸਰ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਕਿ ਜੇਕਰ ਸਾਡੇ ਵਿੱਚ ਆਤਮ ਵਿਸ਼ਵਾਸ ਹੈਗਾ ਸਾਨੂੰ ਕਿਸੇ ਵੀ ਇਗਜ਼ਾਮ ਦੇ ਵਿੱਚ ਡਰਨ ਦੀ ਲੋੜ ਨਹੀਂ ਸਾਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਅਸੀਂ ਪ੍ਰਿਕਸ਼ਾ ਪੇ ਚਰਚਾ ਪ੍ਰੋਗਰਾਮ ਵਿੱਚ ਦਿੱਲੀ ਵਿਖੇ ਜੋ ਹੋਇਆ ਸੀ ਉਹਦੇ ਵਿੱਚ ਭਾਗ ਲੇਤਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਮਤਲਬ ਸਭ ਤੋਂ ਜ਼ਿਆਦਾ ਸਿੱਖਣ ਨੂੰ ਮਿਲਿਆ ਕਿ ਸਾਨੂੰ ਜਿਹੜੇ ਪੇਪਰ ਹੈ ਉਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਉਹਨਾਂ ਤੋਂ ਡਰਨਾ ਨਹੀਂ ਚਾਹੀਦਾ ਉਹਨਾਂ ਨੇ ਸਾਨੂੰ ਪ੍ਰੀਖਿਆ ਬਾਰੇ ਦੱਸਿਆ ਵੀ ਆਪਾਂ ਕਿਵੇਂ ਕਿਸ ਤਰ੍ਹਾਂ ਵੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਾਂ ਤੇ ਜਿਹੜਾ ਅਸੀਂ ਪ੍ਰੀਖਿਆ ਦੇਣ ਤੋਂ ਪਹਿਲਾਂ ਸਾਡੇ ਮਨ ਵਿੱਚ ਡਰ ਹੁੰਦਾ ਸੀ ਉਸ ਨੂੰ ਅਸੀਂ ਕਿਸ ਤਰ੍ਹਾਂ ਦੂਰ ਭਜਾ ਸਕਦੇ ਹਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਜੇਕਰ ਅਸੀਂ ਆਤਮ ਵਿਸ਼ਵਾਸ ਰੱਖਦੇ ਹਾਂ ਤਾਂ ਅਸੀਂ ਕੋਈ ਵੀ ਪੇਪਰ ਨੂੰ ਹੱਲ ਕਰ ਸਕਦੇ ਹਾਂ ਤੇ ਜੇ ਜੇਕਰ ਸਾਡੇ ਵਿੱਚ ਆਤਮ ਵਿਸ਼ਵਾਸ ਹੀ ਨਹੀਂ ਹੋਊਗਾ ਤੇ ਅਸੀਂ ਡਰ ਦੇ ਕਾਰਨ ਕਿ ਸਾਰੇ ਪ੍ਰਸ਼ਨ ਉੱਤਰ ਜਿਹੜੇ ਸਾਨੂੰ ਆਉਂਦੇ ਸੀ ਉਹ ਪਹਿਲਾਂ ਹੀ ਭੁੱਲ ਜਾਂਦੇ ਹਾਂ ਜਦੋਂ ਕਦੇ ਜਦੋਂ ਵੀ ਕਦੇ ਆ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਦੀ ਗੱਲ ਹੁੰਦੀ ਆ ਤਾਂ ਮਤਲਬ ਹੀ ਸਾਨੂੰ ਉਹ ਪੁਰਾਣੀਆਂ ਯਾਦਾਂ ਯਾਦ ਆ ਜਾਂਦੀਆਂ ਵੀ ਅਸੀਂ ਕਿਵੇਂ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਤੇ ਕਿਵੇਂ ਇੰਜੋਏ ਕੀਤਾ ਉਹ ਤੇ ਕੀ ਕੀ ਕੋਸ਼ਿਸ਼ ਕੀਤਾ ਜਦੋਂ ਵੀ ਕੋਈ ਕਹਿੰਦਾ ਵੀ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਹੁਣ ਆਉਣ ਜਿਵੇਂ ਆਇੱਕੀ ਵਾਰ ਹੋ ਰਿਹਾਗਾ ਤਾਂ ਉਦੋਂ ਵੀ ਸਾਨੂੰ ਹੁਣ ਜਿਵੇਂ ਹੁਣ ਸਾਡਾ ਇੰਟਰਵਿਊ ਹੋ ਰਿਹਾਗਾ ਇਸੇ ਤਰ੍ਹਾਂ ਵੀ ਸਾਨੂੰ ਯਾਦ ਕੀਤਾ ਜਾਂਦਾ ਵੀ ਹਾਂ ਵੀ ਸਾਡੇ ਸਕੂਲ ਦੇ ਇਹ ਬੱਚੇ ਆ ਜਿਹੜੀ ਪ੍ਰੀਖਿਆ ਪੇ ਪ੍ਰੋਗਰਾਮ ਤੇ ਚਾਚਾ ਦੇ ਪ੍ਰੋਗਰਾਮ ਤੇ ਗਏ ਸੀ ਅਸੀਂ ਪ੍ਰਿਕਸ਼ਾ ਤੇ ਚਰਚਾ ਪ੍ਰੋਗਰਾਮ ਜਿਹਦੇ ਗਏ ਤੇ ਉੱਥੇ ਪ੍ਰਧਾਨ ਮੰਤਰੀ ਜੀ ਨਾਲ ਜਦੋਂ ਗੱਲਬਾਤ ਕੀਤੀ ਬਾਕੀ ਬੱਚਿਆਂ ਨੇ ਵੀ ਸਾਨੂੰ ਉੱਥੋਂ ਜਦੋਂ ਸਵਾਲ ਜਵਾਬ ਕਰ ਰਹੇ ਸੀ ਸਾਨੂੰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿੱਖਣ ਨੂੰ ਮਿਲਿਆ ਵੀ ਵੀ ਜਿਵੇਂ ਹੁਣ ਕੁਝ ਬੱਚੇ ਹੁੰਦੇ ਆ ਵੀ ਜਦੋਂ ਵੀ ਡਰ ਜਾਂਦੇ ਹੈਗੇ ਜਦੋਂ ਕਿਤੇ ਵੱਡੇ ਲੈਵਲ ਤੇ ਕੁਝ ਗੱਲਬਾਤ ਕਰਨੀ ਹੁੰਦੀ ਆ ਉੱਥੇ ਬੱਚੇ ਆਰਮ ਨਾਲ ਗੱਲ ਕਰ ਰਹੇ ਸੀ ਇਹ ਸਾਨੂੰ ਸਿੱਖਣ ਨੂੰ ਮਿਲਿਆ ਵੀ ਅੱਗੇ ਵਾਸਤੇ ਜਦੋਂ ਅਸੀਂ ਕਿਤੇ ਵੀ ਕਿਸੇ ਨਾਲ ਗੱਲਬਾਤ ਕਰਨੀ ਵੀ ਆ ਰਾਮ ਨਾਲ ਕਰਨੀ ਆ ਡਰਨਾ ਨਹੀਂ ਘਬਰਾਉਣਾ ਨਹੀਂ ਤੇ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਦੇਸ਼ ਭਰ ਵਿੱਚ ਕੋਵਿਡ-19 ਟੀਕਾ ਕਰਨ ਦੇ ਲਾਪਾਤਰੀਆਂ ਦੀ ਗਿਣਤੀ ਤਕਰੀਬਨ 3 ਕਰੋੜ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਣਕਾਰੀ ਮੁਤਾਬਕ ਹੁਣ ਤੱਕ 2 ਕਰੋੜ 97 ਲੱਖ 38 ਹਜ਼ਾਰ 409 ਲੋਕਾਂ ਨੂੰ ਕੋਵਿਡ ਵੈਕਸੀਨ ਦਿੱਤੀ ਗਈ ਹੈ। ਬੀਤੇ 24 ਘੰਟਿਆਂ ਦੌਰਾਨ 15 ਲੱਖ 19952 ਲਾਪਾਤਰੀਆਂ ਨੂੰ ਵੈਕਸੀਨ ਲਗਾਈ ਗਈ। ਭਾਰਤ ਵਿਸ਼ਵ ਵਿੱਚ ਘੱਟ ਸਮੇਂ ਵਿੱਚ ਹੀ ਤੇਜ਼ੀ ਨਾਲ ਕੋਵਿਡ ਟੀਕਾਕਰਨ ਕਰਨ ਵਾਲੇ ਮਿਲਕਾਂ ਵਿੱਚ شمار ਹੈ। ਭਾਰਤ ਵੱਲੋਂ ਇਸ ਸਾਲ 16 ਜਨਵਰੀ ਤੋਂ ਕੋਵਿਡ ਟੀਕਾਕਰਨ ਮਹਿੰਮ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਸਿਤ ਕਾਮਿਆਨੂ ਕੋਵਿਡੀ ਕੇ ਲਗਾਏ ਗਏ ਇਸ ਮਗਰੋਂ ਮੋਲੀ ਕਤਾਰ ਦੇ ਕਾਮਿਆਦੇ ਟੀਕਾ ਕਰਨ ਦਾ ਕੰਮ 2 ਫਰਵਰੀ ਤੋਂ ਸ਼ੁਰੂ ਹੋਇਆ ਹੈ 1 ਮਾਰਚ ਤੋਂ ਸਰਕਾਰ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਿਤ ਲੋਕਾਂ ਦੇ ਟੀਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੌਜੂਦਾ ਪੜਾਅ 'ਤੇ ਸਿਰਫ 13 ਦਿਨਾਂ ਦੌਰਾਨ 78 ਲੱਖ ਤੋਂ ਵੱਧ 60 ਸਾਲ ਤੋਂ ਵਧੇਰੇ ਉਮਰ ਵਾਲੇ ਨਾਗਰਿਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਨੇ। ਇਸ ਤੋਂ ਇਲਾਵਾ 45 ਸਾਲ ਤੋਂ ਵੱਧ ਉਮਰ ਵਰਗ ਦੇ ਸਹਿ ਬਿਮਾਰੀਆਂ ਵਾਲੇ 1386000 ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕੋਰੋਨਾ ਤੋਂ ਠੀਕ ਹੋਣ ਦੀ ਦਰ 91.75% ਦੇ ਬੀਤੇ 24 ਕੰਟਿਆਦ ਰੋਂ 16637 ਕਰੋਨਾ ਮਰੀਜ਼ੀ ਤੇ ਆਭੂਏ ਹੁਣ ਤੱਕ 1 ਕਰੋੜ 9 ਲੱਖ 90 ਹਜ਼ਾਰ ਦੇ ਕਰੀਬ ਮਰੀਜ਼ਾ ਨੂੰ ਕਰੋਨਾ ਤੋਂ ਛੁਟਕਾਰਾ ਮਿਲ ਚੁਕਿਆ ਹੈ ਬੀਤੇ ਦਿਨ ਦੇਸ਼ ਵਿੱਚ 25320 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਇਸ ਸਮੇਂ ਦੇਸ਼ ਵਿੱਚ ਐਕਟਿਵ ਕਰੋਨਾ ਮਾਮਲਿਆਂ ਦੀ ਸੰਖਿਆ 210000 ਦੀ ਨੇੜੇ ਹੈ ਜੋ ਕਰੋਨਾ ਦੀ ਪੁਸ਼ਟੀ ਦੇ ਕੁੱਲ ਮਾਮਲਿਆਂ ਦਾ 1.85% ਬਣਦਾ ਹੈ ਬੀਤੇ 24 ਘੰਟਿਆਂ ਵਿੱਚ ਕਰੋਨਾ ਮਹਾਮਾਰੀ ਕਾਰਨ 161 ਲੋਕਾਂ ਦੀ ਮੌਤ ਹੋਈ ਅਤੇ ਹੁਣ ਤੱਕ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 158604 ਤੱਕ ਪਹੁੰਚ ਗਈ ਹੈ ਪੰਡਾਫਿਸ ਕੋਰੋਨਾ ਦੇ ਮਾਮਲੇ ਵਿੱਚ ਲਗਾਤਾਰ ਵਾਅਦਾ ਦਰਜ ਕੀਤਾ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕੁਝ پابੰਦ ਜਾਂ ਮੁਰ ਲਗਾਈਆਂ ਗਈਆਂ ਨਹੀਂ। ਇਹ ਦੇਸਰੰਦਰ ਜ਼ਿਲ੍ਹੇ ਦੇ ਸ਼ਾਕੁਰਦੇ ਦੇ ਡੀਐਸਪੀ ਵਿਰਿੰਦਰਪਾਲ ਸਿੰਘ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਬਵੰਜਾ ਫਰੀਆਂ ਦੇ ਡੀਐਸਪੀ ਵਿਰਿੰਦਰਪਾਲ ਪਿਛਲੇ ਕੋਈ ਡੇਢ ਮਹੀਨੇ ਤੋਂ ਕੋਰੋਨਾ ਤੋਂ ਪੀੜਤ ਸਨ। ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਲਾਜ ਡੀਐਸਪੀ ਵਿਰਿੰਦਰਪਾਲ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਅੱਜ ਉਨ੍ਹਾਂ ਅੰਤਿਮ ਸਾਹ ਲਿਆ। ਡੀਐਸਪੀ ਵਿਰਿੰਦਰਪਾਲ ਸਿੰਘ ਦਾ ਲੁਧਿਆਣਾ ਦੇ ਸਰਾਬਾ ਨਗਰ ਵਿੱਚ ਪ ਤਾਂ ਕਿ ਪੰਜਾਬ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਜਿਥੇ ਕੋਵਿਡ ਦੇਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਵੱਤਵੱਧ ਕੋਵਿਡ ਟੀਕਾ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਾਂਸ਼ੀਮ ਥੋਰੀ ਨੇ ਲੋਕਾਂ ਲਈ ਜਾਰੀ ਸੁਨੇਹੇ ਵਿੱਚ ਦੱਸਿਆ ਕਿ ਹੁਣ 60 ਸਾਲ ਤੋਂ ਵੱਧ ਉਮਰ ਦੀ ਕੋਈ ਵੀ ਵਿਅਕਤੀ ਆਪਣਾ ਕੋਵਿਡ ਟੀਕਾਕਰਨ ਕਰਵਾ ਸਕਦੇ ਨੇ। ਜਿਸ ਵਾਸਤੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 92 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਬਕਾਇਦਾ ਪ੍ਰਬੰਧ ਕੀਤੇ ਗਏ ਨੇ। ਉਸੇ ਸਾਰਿਆਂ ਨੂੰ ਪਤਾ ਹੈ ਵੀ ਹੁਣ 60 ਸਾਲ ਤੋਂ ਉੱਤੇ ਕੋਈ ਵੀ ਜਲੰਧਰ ਦਾ ਨਿਵਾਸੀ ਆਪਣੇ ਆਪ ਨੂੰ ਵੈਕਸੀਨੇਟ ਕਰਾ ਸਕਦਾ ਹੈ ਤੇ 45 ਸਾਲ ਤੋਂ ਵੀ ਜੇਕਰ ਕੋਈ ਉੱਤੇ ਹੈ ਪਲੱਸ ਕੋਈ ਕੋਮੋਰਬਿਡਿਟੀ ਹੈ ਕੋਈ 슈ਗਰ ਕੋਈ ਹੋਰ ਹਾਈ ਬੀਪੀ ਦੀ ਬਿਮਾਰੀ ਹੈ ਕੋਈ ਹੋਰ ਬਿਮਾਰੀ ਹੈਗੀ ਤੇ ਉਹਦਾ ਸਰਟੀਫਿਕੇਟ ਅਪਲੋਡ ਕਰਕੇ 45 ਸਾਲ ਤੋਂ ਜਿਹੜੇ ਵੀ ਸਾਡੇ ਬਜ਼ੁਰਗ ਕੋਈ ਹੋਰ ਸਾਡੇ ਵੀਰ ਉਹ ਹੈਗੇ ਉਹ ਆਪਣੇ ਆਪ ਨੂੰ ਵੈਕਸੀਨੇਟ ਕਰਾ ਸਕਦੇ ਨੇ ਸੋ ਇਸ ਸਮੇਂ ਜਿਹੜਾ ਹੈਗਾ ਵੈਕਸੀਨੇਸ਼ਨ ਕਰਵਾਉਣ ਲਈ ਬਹੁਤ ਜ਼ਿਆਦਾ ਸਹੂਲਤਾਂ ਵਧਾ ਦਿੱਤੀਆਂ ਗਈਆਂ ਨੇ ਤੇ ਜੇਕਰ ਮੈਂ ਸਰਕਾਰੀ ਡਿਪਾਰਟਮੈਂਟ ਦੀ ਗੱਲ ਕਰਾਂ ਤੇ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਸਾਡੇ ਸਬਡਿਵੀਜ਼ਨਲ ਹਸਪੀਟਲ ਨਕੋਦਰ ਸਬਡਿਵੀਜ਼ਨਲ ਹਸਪੀਟਲ ਫਿਲੌਰ ਉਸ ਤੋਂ ਇਲਾਵਾ ਜਿਹੜੀ ਹੈਗੀ ਸਾਡੇ ਕੋਲ 10 ਕਮਿਊਨਿਟੀ ਹੈਲਥ ਸੈਂਟਰ ਹੈ ਇਹਨਾਂ ਦੇ ਨਾਮ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਸਾਰੀ ਲੋਕੇਸ਼ਨਾਂ ਦੇ ਵਿੱਚ ਕਿਤੇ ਵੀ ਤੁਸੀਂ ਜਾ ਕੇ ਫ੍ਰੀ ਦੇ ਵਿੱਚ ਵੈਕਸੀਨ ਲੈ ਸਕਦੇ ਹੋ ਤੇ ਬਹੁਤ ਸਾਰੇ ਅਸੀਂ ਹੁਣ ਤੱਕ ਜਲੰਧਰ ਦੇ 42 ਪ੍ਰਾਈਵੇਟ ਹਸਪੀਟਲਸ ਨੂੰ ਦੇ ਦਿੱਤੀ ਹੈ ਜਿੱਥੇ ਵੈਕਸੀਨੇਸ਼ਨ ਦੀ ਕੋਸਟ ਹੈ 250 ਰੁਪਿਆ ਸਾਰੇ ਸਰਕਾਰੀ ਫੈਸਿਲਿਟੀਆਂ ਦੇ ਵਿੱਚ ਵੈਕਸੀਨੇਸ਼ਨ ਫ੍ਰੀ ਹੈ ਪਰ ਜਿਹੜੇ ਕੋਈ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਇਹ ਸਰਵਿਸ ਲੈਣਾ ਚਾਹੁੰਦੇ ਉਹ 250 ਰੁਪਏ ਹੈ ਇਹ ਜਿਸ ਦੇ ਵਿੱਚ ਇਹ ਲਿਸਟ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਸਾਡੇ ਸਾਰੇ ਹਸਪੀਟਲ ਸੈਕ੍ਰੇਟ ਹਾਰਟ ਹਸਪੀਟਲ ਸ਼੍ਰੀਮਨ ਹਸਪੀਟਲ ਕੈਪੀਟਲ ਹਸਪੀਟਲ ਐਸਜੀਐਲ ਹਸਪੀਟਲ ਮਾਨ ਮੈਡੀ ਸਿਟੀ ਪਟੇਲ ਹਸਪੀਟਲ ਹੇਨਦਾਈ ਹਸਪੀਟਲ ਅਕਾਇ ਅਕਾਲਾਏ ਹਸਪੀਟਲ ਗਲੋਬਲ ਹਸਪੀਟਲ ਪੈਂਸ ਜੋਸ਼ੀ ਹਸਪੀਟਲ ਪਟੇਲ ਹਸਪੀਟਲ ਜੰਮੂ ਹਸਪੀਟਲ ਇਦਾਂ ਕਰਕੇ ਜਿਹੜੇ ਤਕਰੀਬਨ 42 ਹਸਪੀਟਲ ਨੇਮ ਬੀਤੀ ਰਾਤ ਅੰਮ੍ਰਿਤਸਰ ਸਿਵਲ ਹਸਪਤਾਲ ਵਿੱਚ ਦੋ ਗਰੁੱਪਾਂ ਦੀ ਆਪਸੀ ਲੜਾਈ ਵਿੱਚ ਗੋਲੀ ਚੱਲਣ ਕਾਰਨ ਐਮਰਜੈਂਸੀ ਮੈਡੀਕਲ ਅਫਸਰ ਜ਼ਖਮੀ ਹੋ ਗਿਆ। ਖਬਰਾਂ ਵਿੱਚ ਕਿਹਾ ਗਿਆ ਕਿ ਡਾਕਟਰ ਪਵਨੀਤ ਸਿੰਘ ਨੂੰ ਪੇਟ ਵਿੱਚ ਗੋਲੀ ਲੱਗੀ ਦੱਸਿਆ ਜਾ ਰਿਹਾ ਹੈ ਕਿ ਪੁਤਲੀਕਾਰ ਦੇ ਲਵ ਕੁਸ਼ ਨਗਰ ਖੇਤਰ ਵਿੱਚ ਦੋ ਟੜੀਆਂ ਵਿੱਚ ਝਗੜੇ ਤੋਂ ਬਾਅਦ ਇਹ ਲੋਕ ਸਿਵਲ ਹਸਪਤਾਲ ਆਏ ਸਨ ਜਿੱਥੇ ਦੋਵੇਂ ਧਿਰਾਂ ਆਪਸ ਵਿੱਚ ਲੜਨ ਲੱਗੀਆਂ। ਜਿਸ ਦੌਰਾਨ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਜਿਸ ਵਿੱਚ ਐਮਰਜੈਂਸੀ ਮੈਡੀਕਲ ਅਫਸਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁੱਢਲੀ ਸਹਾਇਤਾ ਮਗਰੋਂ ਜ਼ਖਮੀ ਡਾਕਟਰ ਨੂੰ ਇੱਕ ਨੇਜੀ ਹਸਪਤਾਲ ਵਿੱਚ ਦਾ ਮਾਰੀ ਕੀ ਇਤਿਜਾਰ ਹੈ ਇਹ ਇਸ ਦਿਨ ਵਾਲੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਤੁਹੋ ਨਮਸਕਾਰ